ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਦੀਪ ਕੌਰ ਅੱਜ ਮੈਂ ਤੁਹਾਡੀ ਬੀ ਏ ਸੈਕਿੰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ ਬੀ ਏ ਸੈਕਿੰਡ ਈਅਰ ਦੀ ਸਾਡੀ ਚੱਲ ਰਹੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੋਈ ਹੈ ਜੀ ਤੁਹਾਡੀ ਮੱਧਕਾਲ ਦੀ ਚੌਵੀ ਪੰਜਾਬੀ ਕਵਿਤਾ ਮੱਧਕਾਲ ਦੀ ਚੌਵੀ ਪੰਜਾਬੀ ਕਵਿਤਾ ਜਿਹੜੀ ਹੈ ਤੁਹਾਡੀ ਬੁੱਕ ਹੈ ਇਸ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਸੀ ਜੀ ਤੁਹਾਡੇ ਪਹਿਲੇ ਕਵੀ ਮੀਆਂ ਵਜੀਦ ਜੀ ਨਾਲ ਮੀਆਂ ਵਜੀਦ ਜੀ ਦੀ ਪਹਿਲੀ ਰਚਨਾ ਅਸੀਂ ਕੀਤੀ ਸੀ ਕੌਣ ਵਜੀਦਾ ਕੌਣ ਸਾਹਿਬ ਨੂੰ ਆਖੇ ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਪਰਮਾਤਮਾ ਦੀ ਮਰਜ਼ੀ ਦੀ ਕਿ ਜੋ ਕੁਛ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਹੀ ਹੋ ਰਿਹਾ ਹੈ ਮਨੁੱਖ ਪਰਮਾਤਮਾ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਆਪਣੀ ਮਰਜ਼ੀ ਕਰਨੀ ਛੱਡ ਦੇਵੇ ਅਤੇ ਮਨੁੱਖ ਦੀ ਮਰਜ਼ੀ ਅਨੁਸਾਰ ਚੱਲੇ ਕੋਈ ਵੀ ਪਰਮਾਤਮਾ ਦੀ ਮਰਜ਼ੀ ਦੇ ਖਿਲਾਫ ਨਹੀਂ ਜਾ ਸਕਦਾ ਹਰ ਇੱਕ ਨੂੰ ਉਸਦੀ ਰਜ਼ਾ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਸੋ ਉਸ ਤੋਂ ਬਾਅਦ ਸਾਡੇ ਅਗਲੇ ਕਵੀ ਜਿਹੜੇ ਆਏ ਸਨ ਉਹ ਸੀਗੇ ਜੀ ਬੁੱਲੇ ਸ਼ਾਹ ਜੀ ਸੂਫੀ ਫਕੀਰ ਬੁੱਲੇ ਸ਼ਾਹ ਜੀ ਜਿਨ੍ਹਾਂ ਨੇ ਆਪਣੇ ਜਿਹੜਾ ਸਾਹਿਤ ਵਿੱਚ ਬਹੁਤ ਜ਼ਿਆਦਾ ਨਾਮਣਾ ਖੱਟਿਆ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਰਚਨਾਵਾਂ ਦੇ ਵਿੱਚੋਂ ਪਹਿਲੀ ਰਚਨਾ ਅਸੀਂ ਕੀਤੀ ਸੀ ਜੀ ਪਾਇਆ ਹੈ ਵਿੱਚ ਪਾਇਆ ਹੈ ਜਿਸ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਬੁੱਲੇ ਸ਼ਾਹ ਜੀ ਨੇ ਆਪਣੇ ਪਰਮਾਤਮਾ ਨੂੰ ਜਿਹੜਾ ਹੈ ਗੁਰੂ ਦੀ ਮਿਹਰ ਦੇ ਦੁਆਰਾ ਗੁਰੂ ਦੇ ਦਿੱਤੇ ਗਿਆਨ ਦੇ ਦੁਆਰਾ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਪਰਮਾਤਮਾ ਜਿਹੜਾ ਹੈ ਪ੍ਰਾਪਤ ਕਰ ਲਿਆ ਹੈ ਉਸ ਤੋਂ ਬਾਅਦ ਅੱਗੇ ਰਚਨਾ ਸੀ ਉਹਨਾਂ ਨੇ ਕੀਤੀ ਸੀ ਜੀ ਘਟਿਆਲੀ ਦੇ ਉਹਨੇ ਗੱਲ ਇਸ ਦੇ ਵਿੱਚ ਬੁੱਲੇ ਸ਼ਾਹ ਜੀ ਨੇ ਦੱਸਿਆ ਸੀ ਕਿ ਉਹਨਾਂ ਦਾ ਪਰਮਾਤਮਾ ਨੇ ਉਹਨਾਂ ਦੇ ਉੱਤੇ ਅਜਿਹੀ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਪਰਮਾਤਮਾ ਦੇ ਨਾਲ ਮਿਲਾਪ ਦੀ ਜਿਹੜੀ ਬਾਣੀ ਹੈ ਉਹ ਆ ਗਈ ਹੈ ਅੱਜ ਸਮਾਂ ਬੁੱਲੇ ਸ਼ਾਹ ਜੀ ਦਾ ਆਪਣੇ ਪਰਮਾਤਮਾ ਦੇ ਨਾਲ ਮਿਲਾਪ ਦਾ ਹੈ ਅਤੇ ਇਸ ਮਿਲਾਪ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਜਿਹੜੀ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਸੋ ਘਟਿਆਲੀ ਜੋ ਸਾਨੂੰ ਵਾਰ ਵਾਰ ਘਟਿਆਲੀ ਨੂੰ ਜਾ ਕੇ ਸਮੇਂ ਦੀ ਜਾਣਕਾਰੀ ਦੇ ਰਿਹਾ ਹੈ ਅਤੇ ਬੁੱਲੇ ਸ਼ਾਹ ਜੀ ਨੂੰ ਸਮੇਂ ਦੇ ਬੀਤਣ ਦੇ ਬਾਰੇ ਵਿੱਚ ਦੱਸ ਰਿਹਾ ਹੈ ਅਤੇ ਬੁੱਲੇ ਸ਼ਾਹ ਜੀ ਦੇ ਮਨ ਵਿੱਚ ਡਰ ਲੱਗਾ ਹੋਇਆ ਹੈ ਕਿ ਉਹਨਾਂ ਦੇ ਪਰਮਾਤਮਾ ਦੇ ਮਿਲਾਪ ਦਾ ਸਮਾਂ ਕਿਤੇ ਘੱਟ ਨਾ ਜਾਵੇ ਕਿਤੇ ਨਿਕਲ ਨਾ ਜਾਵੇ ਇਸ ਕਰਕੇ ਉਹ ਚਾਹੁੰਦੇ ਹਨ ਕਿ ਘਟਿਆਲੀ ਜਿਹੜਾ ਹੈ ਉਹ ਆਪਣਾ ਕੰਮ ਬੰਦ ਕਰ ਦੇਵੇ ਵਾਰ ਵਾਰ ਘਟਿਆਲਾ ਜਾ ਕੇ ਘੜੇ ਜਿਹੜਾ ਹੈ ਸਮੇਂ ਦੀ ਲੰਗਰ ਦੀ ਸੂਚਨਾ ਉਹਨਾਂ ਨੂੰ ਨਾ ਦੇਵੇ ਕਿਉਂਕਿ ਉਹ ਆਪਣੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਜਿਹੜਾ ਹੈ ਉਹ ਉਸਨੂੰ ਪੂਰੀ ਤਰ੍ਹਾਂ ਮਾਣਨਾ ਚਾਹੁੰਦੇ ਹਨ ਸੋ ਉਸ ਤੋਂ ਬਾਅਦ ਜਿਹੜੀ ਅੱਜ ਦੀ ਜਿਹੜੀ ਸਾਡੀ ਕਲਾਸ ਹੈ ਉਸ ਦੇ ਵਿੱਚ ਬੁੱਲੇ ਸ਼ਾਹ ਜੀ ਦੀ ਅਗਲੀ ਰਚਨਾ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਅਗਲੀ ਰਚਨਾ ਜੋ ਕਿ ਕਾਫੀ ਬਿਲਾਵਲ ਦੇ ਵਿੱਚ ਹੈ ਉਹ ਹੈ ਜੀ ਮੇਰੀ ਬੁੱਕਾਂ ਦੇ ਵਿੱਚ ਜੋ ਜਿਸ ਦੇ ਵਿੱਚ ਬੁੱਲੇ ਸ਼ਾਹ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਪਰਮਾਤਮਾ ਰੂਪ ਵਿੱਚ ਉਹਨੂੰ ਆਪਣੇ ਬੁੱਕਲ ਦੇ ਵਿੱਚੋਂ ਭਾਵ ਆਪਣੇ ਹਿਰਦੇ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ ਲੋਕ ਪਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਹਨ ਪਰ ਅਸਲ ਵਿੱਚ ਪਰਮਾਤਮਾ ਮਨੁੱਖ ਦੇ ਅੰਦਰ ਵੱਸਦਾ ਹੈ ਇਸ ਗੱਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਮਨੁੱਖ ਪਰਮਾਤਮਾ ਨੂੰ ਬਾਹਰ ਲੱਭਦਾ ਫਿਰ ਰਿਹਾ ਹੈ ਸੋ ਅਜਿਹਾ ਨਾ ਕਰਕੇ ਜੇਕਰ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵੱਸਦਾ ਜਿਹੜਾ ਹੈ ਦੇਖ ਲਵੇ ਤਾਂ ਉਸਨੂੰ ਬਾਹਰ ਜਿਹੜਾ ਹੈ ਜਾਣ ਦੀ ਲੋੜ ਹੀ ਨਹੀਂ ਪਵੇਗੀ ਸੋ ਇਸ ਦੇ ਬਾਰੇ ਵਿੱਚ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਜਿਹੜੇ ਇੱਥੇ ਹਾਜ਼ਰ ਹੋਏ ਹਾਂ ਸੋ ਅੱਜ ਚੱਲਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਦੇ ਵੱਲ ਆਪਣੀ ਅਗਲੀ ਰਚਨਾ ਦੇ ਵੱਲ ਮੇਰੀ ਬੁੱਕਲ ਦੇ ਵਿੱਚ ਜੋ ਦੇਖਦੇ ਹਾਂ ਕੀ ਕਹਿਣ ਜਾ ਰਹੇ ਨੇ ਬੁੱਲੇ ਸ਼ਾਹ ਜੀ ਇਸ ਰਚਨਾ ਦੇ ਵਿੱਚ ਸੋ ਇਸ ਕਾਵ ਦੇ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਹਨ ਮੇਰੀ ਬੁੱਕਲ ਦੇ ਵਿੱਚ ਚੋਰ ਨੂੰ ਮੇਰੀ ਬੁੱਕਲ ਦੇ ਵਿੱਚ ਚੋਰ ਸਾਧੂ ਕਿਸ ਕੋ ਬੁੱਕ ਸੁਣਾਵਾਂ ਮੇਰੀ ਬੁੱਕਲ ਦੇ ਵਿੱਚ ਚੋਰ ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ ਇਹੋ ਕਦੀਮੀ ਸ਼ੋਰ ਮੁਸਲਮਾਨ ਸਿਵੇ ਤੋਂ ਚਿੜਦੇ ਹਿੰਦੂ ਚਿੜਦੇ ਗੋਰ ਮੁਸਲਮਾਨ ਸਿਵੇ ਤੋਂ ਚਿੜਦੇ ਹਿੰਦੂ ਚਿੜਦੇ ਗੋਰ ਚੁੱਕ ਗਏ ਸਭ ਝਗੜੇ ਚਿੜੇ ਨਿਕਲ ਗਿਆ ਕੋਈ ਹੋਰ ਨਿਕਲ ਪਿਆ ਕੋਈ ਹੋਰ ਸਾਧੂ ਕਿਸ ਕੋ ਭੁੱਖ ਸੁਣਾਵਾਂ ਮੇਰੇ ਬੁੱਕਲ ਦੇ ਵਿੱਚ ਚੋਰ ਸੋ ਪਹਿਲਾਂ ਆਪਾਂ ਇਹਦੇ ਪ੍ਰਸੰਗ ਕਰਾਂਗੇ ਜੀ ਕਿ ਇਹ ਕਾਵ ਟੋਟਾ ਸਾਡੀ ਮੱਧਕਾਲ ਦੀ ਚੋਵੀ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਵਿੱਚ ਬੁੱਲੇ ਸ਼ਾਹ ਜੀ ਦੀ ਲਿਖੀ ਹੋਈ ਰਚਨਾ ਮੇਰੇ ਬੁੱਕਲ ਦੇ ਵਿੱਚ ਚੋਰ ਵਿੱਚੋਂ ਲਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਦੇ ਬਾਰੇ ਵੀ ਦੱਸਿਆ ਹੈ ਕਿ ਉਹਨਾਂ ਨੂੰ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਆਪਣੇ ਹਿਰਦੇ ਵਿੱਚੋਂ ਹੀ ਹੋ ਚੁੱਕੀ ਹੈ ਸੋ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਪਰਮਾਤਮਾ ਨੂੰ ਜੋ ਝੂਠੇ ਕਰਮ ਕਾਂਡ ਕਰਕੇ ਲੱਭਦਾ ਫਿਰਦਾ ਹੈ ਅਜਿਹੇ ਝੂਠੇ ਕਰਮ ਕਾਂਡ ਦਾ ਤਿਆਗ ਕਰਕੇ ਆਪਣੇ ਅੰਦਰੋਂ ਹੀ ਵਸਦਾ ਜਿਹੜਾ ਹੈ ਉਹ ਅਨੁਭਵ ਕਰ ਲਵੇ ਇਹ ਸਭ ਕੁਝ ਅਨੁਭਵ ਦੇ ਦੁਆਰਾ ਹੀ ਹੋ ਸਕਦਾ ਹੈ ਜੋ ਮਨੁੱਖ ਅਨੁਭਵ ਕਰਦਾ ਹੈ ਕਿ ਪਰਮਾਤਮਾ ਉਸਦੇ ਅੰਦਰ ਵੱਸਦਾ ਹੈ ਤਾਂ ਪਰਮਾਤਮਾ ਉਸਨੂੰ ਆਪਣੇ ਆਪ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ ਸੋ ਬੁੱਲੇ ਸ਼ਾਹ ਜੀ ਜਿਹੜੇ ਹਨ ਕਹਿ ਰਹੇ ਹਨ ਕਿ ਮੇਰੇ ਬੁੱਕਲ ਦੇ ਵਿੱਚ ਚੋਰ ਸਾਧੂ ਕਿਸ ਕੋ ਕੂਕ ਸੁਣਾਵਾਂ ਮੇਰੇ ਬੁੱਕਲ ਦੇ ਵਿੱਚ ਚੋਰ ਕਹਿੰਦੇ ਪਰਮਾਤਮਾ ਰੂਪੀ ਚੋਰ ਨੂੰ ਜਿਹੜਾ ਹੈ ਉਸ ਨੂੰ ਮੈਂ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ ਮੈਨੂੰ ਮੇਰੇ ਉੱਤੇ ਮੇਰੇ ਗੁਰੂ ਨੇ ਮਿਹਰ ਕੀਤੀ ਗੁਰੂ ਦੀ ਮਿਹਰ ਦੁਆਰਾ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਨਾਂ ਦੀ ਸਿੱਖਿਆ ਤੋਂ ਮੈਂ ਜਿਹੜਾ ਹੈ ਚੱਲਦੇ ਹੋਏ ਉਹਨਾਂ ਦੀ ਸਿੱਖਿਆ ਦੇ ਚੱਲਦੇ ਹੋਏ ਉਹਨਾਂ ਦੇ ਉਪਦੇਸ਼ ਦੇ ਰਾਹੀਂ ਮੈਂ ਜਿਹੜਾ ਆਪਣਾ ਪਰਮਾਤਮਾ ਹੈ ਉਸ ਨੂੰ ਆਪਣੇ ਅਨੁਭਵ ਆਪਣੇ ਅੰਦਰੋਂ ਹੀ ਜਿਹੜਾ ਹੈ
ਮੈਨੂੰ ਜਿਹੜਾ ਮੇਰੇ ਗੁਰੂ ਨੇ ਇਹ ਅਨੁਭਵ ਕਰਵਾ ਦਿੱਤਾ ਸੀ ਕਿ ਪਰਮਾਤਮਾ ਰੂਪੀ ਜਿਹੜਾ ਪਰਮਾਤਮਾ ਹੈ ਉਹ ਮਨੁੱਖ ਦੇ ਅੰਦਰ ਹੀ ਵੱਸਦਾ ਹੈ। ਸੋ ਇਸ ਅਨੁਭਵ ਦੇ ਆਧਾਰ 'ਤੇ ਹੀ ਮੈਂ ਵੀ ਆਪਣੇ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ। ਸੋ ਮੈਂ ਹੁਣ ਕਿ ਕਿਸ ਨੂੰ ਕਿ ਆਪਣੀ ਇਹ ਹਾਲਤ ਦਾ ਬਿਆਨ ਕਰਾਂ, ਕਿਸ ਨੂੰ ਮੈਂ ਕਹੂੰ ਕਿ ਆਪਣੀ ਹਾਲਤ ਦੇ ਬਾਰੇ ਦੱਸਾਂ ਕਿ ਮੈਂ ਪਰਮਾਤਮਾ ਨੂੰ ਵੀ ਜੋ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ। ਸੋ ਧਾਰਮਿਕ ਜਿਹੜੀਆਂ ਗੱਲ ਕਰਦੇ ਹਨ ਧਰਮ ਦੇ ਆਧਾਰ 'ਤੇ ਹਿੰਦੂ ਅਤੇ ਮੁਸਲਮਾਨ ਦੋਹਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਧਾਰਮਿਕ ਕਰਮ ਕਾਂਡਾਂ ਦੇ ਅਨੁਸਾਰ ਕਹਿੰਦੇ ਹਿੰਦੂ ਜਿਹੜਾ ਮੁਸਲਮਾਨ ਜਿਹੜਾ ਧਰਮ ਹੈ ਜਿਹੜਾ ਸੋਰੀ ਪਹਿਲਾਂ ਹਿੰਦੂ ਧਰਮ ਦੇ ਅਨੁਸਾਰ ਕਹਿੰਦੇ ਹਿੰਦੂ ਧਰਮ ਦੇ ਅਨੁਸਾਰ ਲੋਕਾਂ ਨੇ ਪਰਮਾਤਮਾ ਦੇ ਅੱਡ ਅੱਡ ਨਾਮ ਰੱਖੇ ਹੋਏ ਹਨ। ਧਾਰਮਿਕ ਕਰਮਕਾਂਡਾਂ ਦੇ ਉੱਤੇ ਚੱਲਦੇ ਹੋਏ ਕਹਿੰਦੇ ਹਿੰਦੂ ਧਰਮ ਦੇ ਅਨੁਸਾਰ ਕੋਈ ਪਰਮਾਤਮਾ ਨੂੰ ਰਾਮਦਾਸ ਕਹਿ ਰਿਹਾ ਹੈ ਅਤੇ ਮੁਸਲਮਾਨ ਧਰਮ ਵਾਲੇ ਉਸ ਦਾ ਨਾਮ ਫਤਿਹ ਮੁਹੰਮਦ ਲੈ ਕੇ ਉਸ ਦੀ ਜਿਹੜੀ ਹੈ ਪੂਜਾ ਪਾਠ ਕਰ ਰਹੇ ਹਨ। ਕਹਿੰਦੇ ਇਹ ਜਿਹੜਾ ਚੱਕ ਸ਼ੋਰ ਸੀ, ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ, ਅਤੇ ਇਹ ਜਿਹੜਾ ਸ਼ੋਰ ਸੀ ਇਹ ਬਹੁਤ ਸਮੇਂ ਤੋਂ ਪਹਿਲਾਂ ਹੀ ਚੱਲਦਾ ਆ ਰਿਹਾ ਹੈ। ਮੁੱਢ ਕਦੀਮ ਤੋਂ ਹੀ ਹਿੰਦੂ ਮੁਸਲਮਾਨ ਦਾ ਜਿਹੜਾ ਝਗੜਾ ਹੈ, ਇਹਨਾਂ ਦੀਆਂ ਧਾਰਮਿਕ ਕਰਮਕਾਂਡ ਹਨ, ਉਹ ਮੁੱਢ ਕਦੀਮਾਂ ਤੋਂ ਹੀ ਚੱਲੇ ਆ ਰਹੇ ਹਨ। ਸੋ ਇਸ ਝਗੜੇ ਦੇ ਕਾਰਨ ਮੁਸਲਮਾਨ ਜਿਹੜੇ ਲੋਕ ਹਨ ਉਹ ਸਿਵਿਆਂ ਤੋਂ ਚਿੜਦੇ ਹਨ ਅਤੇ ਹਿੰਦੂ ਲੋਕ ਜਿਹੜੇ ਹਨ ਉਹ ਕਬਰਾਂ ਨੂੰ ਨਫ਼ਰਤ ਕਰਦੇ ਹਨ। ਸੋ ਇਹ ਜਿਹੜਾ ਕਰਮਕਾਂਡ ਹਨ, ਇਹ ਜਿਹੜੇ ਝਗੜੇ ਜਿਹੜੇ ਹਨ, ਇਹ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਹਨ। ਸੋ ਬੁੱਲੇ ਸ਼ਾਹ ਕਹਿੰਦੇ ਹਨ ਕਿ ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅਨੁਭਵ ਆਪਣੇ ਅੰਦਰ ਵੱਸਦਾ ਅਨੁਭਵ ਕਰ ਲਿਆ ਤਾਂ ਮੇਰੇ ਲਈ ਇਹ ਸਾਰੇ ਝਗੜੇ ਜਿਹੜੇ ਖਤਮ ਹੋ ਗਏ ਸਨ, ਮੈਂ ਦੋਨਾਂ ਹੀ ਧਰਮਾਂ ਨੂੰ ਮੰਨਣਾ ਛੱਡ ਦਿੱਤਾ ਸੀ। ਸੋ ਕਹਿੰਦੇ ਮੈਂ ਜਿਹੜਾ ਸੀ ਚੁੱਕ ਗਏ ਸਭ ਝਗੜੇ ਜਿਹੜੇ ਨਿਕਲ ਪਿਆ ਕੋਈ ਹੋਰ, ਮੇਰੇ ਅੰਦਰੋਂ ਤਾਂ ਕੋਈ ਹੋਰ ਹੀ ਜਿਹੜਾ ਸੀ ਉਹ ਨਿਕਲ ਤੁਰਿਆ ਸੀ, ਭਾਵ ਮੈਂ ਤਾਂ ਇਹਨਾਂ ਧਰਮਾਂ ਦੇ ਵਿੱਚ ਫਸ ਕੇ ਮੈਂ ਜੋ ਵੀ ਝਗੜੇ ਜਿਹੜੇ ਪਾਏ ਹੋਏ ਸਾਨੂੰ ਖਤਮ ਕਰ ਦਿੱਤੇ ਸਨ ਅਤੇ ਪਰਮਾਤਮਾ ਨੂੰ ਆਪਣੇ ਅੰਦਰੋਂ ਵੱਸਦਾ ਹੀ ਅਨੁਭਵ ਕਰ ਲਿਆ ਸੀ, ਜਿਸ ਦੇ ਕਾਰਨ ਮੇਰੇ ਅੰਦਰੋਂ ਕੋਈ ਹੋਰ ਹੀ ਜਿਹੜਾ ਸੀ ਉਹ ਨਿਕਲ ਪਿਆ ਸੀ। ਸੋ ਕਹਿੰਦੇ ਮੈਂ ਕਿਸ ਨੂੰ ਕੂਕ ਪੁਕਾਰ ਸੁਣਾਵਾਂ, ਮੈਂ ਆਪਣੀ ਗੱਲ ਕਿਸ ਦੇ ਅੱਗੇ ਰੱਖਾਂ, ਕਿਸ ਨੂੰ ਦੱਸਾਂ ਕਿ ਪਰਮਾਤਮਾ ਰੂਪੀ ਜੋ ਨੂੰ ਮੈਂ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ ਕਿ ਪਰਮਾਤਮਾ ਮਨੁੱਖ ਦੇ ਅੰਦਰ ਹੀ ਵੱਸਦਾ ਹੈ। ਸੋ ਅੱਗੇ ਚੱਲਦੇ ਆ, ਕਹਿੰਦੇ ਜਿਸ ਢੂੰਡਿਆ ਤਿਸ ਪਾਇਓ ਨਾਹੀਂ, ਜਿਸ ਨੇ ਉਸ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸਨੂੰ ਪ੍ਰਾਪਤ ਨਹੀਂ ਕਰ ਸਕਿਆ। ਧਾਰਮਿਕ ਕਰਮਕਾਂਡ ਅਨੁਸਾਰ ਜਿਸ ਨੇ ਵੀ ਉਸ ਨੂੰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹ ਉਸਨੂੰ ਪ੍ਰਾਪਤ ਨਹੀਂ ਹੋ ਸਕਿਆ ਅਤੇ ਅਜਿਹਾ ਕਰਕੇ ਫਿਰ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਉਹ ਚੁਰ ਚੁਰ ਕੇ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਖਰਾਬ ਹੋ ਚੁੱਕੀ ਹੈ, ਚੁਰ ਚੁਰ ਕੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ। ਸੋ ਉਹ ਚੁਰਦੇ ਹਨ, ਰੋਂਦੇ ਹਨ ਕਿ ਪਰਮਾਤਮਾ ਜਿਹੜਾ ਹੈ ਉਸਦੀ ਪ੍ਰਾਪਤੀ ਉਹਨਾਂ ਨੂੰ ਜਿਹੜੀ ਹੈ ਉਹ ਨਹੀਂ ਹੋ ਸਕੀ। ਪਰ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ ਜਿਸ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ। ਜਿਸ ਢੂੰਡਿਆ ਤਿਸ ਪਾਇਓ ਨਾਹੀਂ, ਚੁੱਚੁਰ ਹੋਇਆ ਮੋਰ, ਆਪ ਸਾਹਿਬ ਜਿਸ ਨੂੰ ਪਾਲ ਲਏ, ਮੈਨੂੰ ਉਸ ਦੀ ਗੱਲ ਜੋਰ, ਜਿਹੜਾ ਲੇਖ ਮੱਥੇ ਦਾ ਲਿਖਿਆ ਕੌਣ ਕਰੇ ਭਨ ਤੋੜ, ਸਾਧੂ ਕਿਸ ਤੋਂ ਕੁੱਕ ਸੁਣਾਵਾਂ ਮੇਰੀ ਗੁਰਕਲ ਦੇ ਵਿੱਚ ਜੋਰ। ਸੋ ਪਰਮਾਤਮਾ ਕਹਿੰਦੇ ਜਿਸ ਦੇ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਜਿਸ ਨੂੰ ਪਰਮਾਤਮਾ ਆਪ ਲੱਭ ਲੈਂਦਾ ਹੈ, ਆ ਉਸ ਤੋਂ ਹੀ ਆਪਣੀ ਭਗਤੀ ਕਰਾਉਂਦਾ ਹੈ ਅਤੇ ਉਸ ਤੋਂ ਭਗਤੀ ਕਰਾਉਣ ਤੋਂ ਬਾਅਦ ਉਸ ਨੂੰ ਆਪਣਾ ਗਿਆਨ ਦਿੰਦਾ ਹੈ ਅਤੇ ਕਹਿੰਦੇ ਫਿਰ ਉਸ ਦੇ ਨਾਲ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਹੋਣ ਦੇ ਨਾਲ ਹੀ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਜਾਂਦੀ ਹੈ ਅਤੇ ਕਹਿੰਦੇ ਆਪ ਸਾਹਿਬ ਜਿਸ ਨੂੰ ਪਾਲ ਲਏ, ਮੈਨੂੰ ਉਸੇ ਕਰਕੇ ਲੋੜ ਕਰ ਬੁੱਲੇ ਸ਼ਾਹ ਕਹਿ ਰਹੇ ਹਨ ਕਿ ਮੈਨੂੰ ਵੀ ਅਜਿਹੇ ਹੀ ਪਰਮਾਤਮਾ ਦੀ ਲੋੜ ਹੈ ਜਿਹੜਾ ਆਪ ਦੂਸਰਿਆਂ ਨੂੰ ਲੱਭ ਕੇ ਉਹਨਾਂ ਤੋਂ ਆਪਣੀ ਭਗਤੀ ਕਰਾਉਂਦਾ ਹੈ। ਕਹਿੰਦੇ ਜਿਹੜਾ ਲੇਖ ਮੱਥੇ ਦਾ ਲਿਖਿਆ, ਮੱਥੇ ਦੇ ਲਿਖੇ ਹੋਏ ਲੇਖ ਕਿਸਮਤ ਨੂੰ ਕੋਈ ਕਿਸੇ ਦੀ ਕਿਸਮਤ ਨੂੰ ਕੋਈ ਬਦਲ ਨਹੀਂ ਸਕਦਾ, ਮੱਥੇ ਦੇ ਲਿਖੇ ਹੋਏ ਲੇਖ ਨੂੰ ਕੋਈ ਮੇਟ ਨਹੀਂ ਸਕਦਾ। ਸੋ ਕਹਿੰਦੇ ਜਿਹੜਾ ਲੇਖ ਮੱਥੇ ਦਾ ਲਿਖਿਆ ਕੌਣ ਕਰੇ ਭਨ ਤੋੜ, ਸਾਧੂ ਕਿਸ ਤੋਂ ਕੁੱਕ ਸੁਣਾਵਾਂ ਮੇਰੀ ਗੁਰਕਲ ਦੇ ਵਿੱਚ ਜੋੜ। ਸੋ ਕਹਿੰਦੇ ਜਿਸ ਦੀ ਕਿਸਮਤ ਦੇ ਵਿੱਚ ਅਜਿਹੀ ਪ੍ਰਾਪਤੀ ਨਹੀਂ ਹੁੰਦੀ ਹੈ ਉਸ ਨੂੰ ਹੀ ਫਿਰ ਸੱਚੇ ਗੁਰੂ ਦਾ ਸੱਚੇ ਮੁਰਸ਼ਦ ਦਾ ਮਿਲਾਪ ਹਾਸਲ ਹੁੰਦਾ ਹੈ ਅਤੇ ਬਾਕੀ ਲੋਕ ਭਟਕਦੇ ਫਿਰਦੇ ਹਨ। ਸੋ ਕਿਸਮਤ ਦੇ ਲਿਖੇ ਦੀ ਵਿੱਚ ਕੋਈ ਵੀ ਅਦਲਾ ਬਦਲੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ, ਕਿਸਮਤ ਨੂੰ ਕੋਈ ਵੀ ਬਦਲ ਨਹੀਂ ਸਕਦਾ। ਸੋ ਕਹਿੰਦੇ ਮੇਰੇ ਉੱਤੇ ਮੇਰੇ ਗੁਰੂ ਦੀ ਕਿਰਪਾ ਹੋਈ ਹੈ, ਮੇਰੇ ਮੁਰਸ਼ਦ ਦੀ ਕਿਰਪਾ ਹੋਈ ਹੈ ਜਿਸ ਦੇ ਨਾਲ ਮੈਂ ਪਰਮਾਤਮਾ ਰੂਪੀ ਜੋੜ ਨੂੰ ਆਪਣੇ ਅੰਦਰੋਂ ਹੀ ਵੱਸਦਾ ਹੋਇਆ ਲੱਭ ਲਿਆ ਹੈ, ਪਰਮਾਤਮਾ ਮੈਨੂੰ ਆਪਣੇ ਮੇਰੇ ਅੰਦਰ ਹੀ ਪ੍ਰਾਪਤ ਹੋ ਗਿਆ ਹੈ। ਸੋ ਹੁਣ ਮੈਂ ਇਸ ਨੂੰ ਭੂਕ ਕੇ ਇਹ ਗੱਲ ਦੱਸਾਂ ਕਿ ਮੈਂ ਪਰਮਾਤਮਾ ਰੂਪੀ ਜੋੜ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ। ਪੀਰ ਪੀਰਾ ਬਗਦਾਦ ਅਸਾਡਾ
ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਧਾਰਨ ਕਰਨ ਵਾਲਾ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਹੈ ਉਹ ਨਹੀਂ ਹੋ ਸਕਦੀ। ਮੈਂ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਵਸਦਾ ਅਨੁਭਵ ਕਰ ਲਿਆ ਹੈ। ਕਹਿੰਦੇ ਪੀਰਾ ਪੀਰ ਬਗਦਾਦ ਸਾਡਾ ਭੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੇਰੇ ਵੱਡੇ ਪੀਰ ਸੈਯਦ ਅਬਦੁਲ ਕਾਦਰ ਜਿਹੜੇ ਹਨ ਜਲਾਨੀ ਦਾ ਸਥਾਨ ਬਗਦਾਦ ਵਿੱਚ ਹੈ। ਮੇਰੇ ਵੱਡੇ ਪੀਰ ਸੈਯਦ ਅਬਦੁਲ ਕਾਦਰ ਜਲਾਨੀ ਦਾ ਜਿਹੜਾ ਸਥਾਨ ਹੈ ਨਿਵਾਸ ਸਥਾਨ ਹੈ ਉਹ ਬਗਦਾਦ ਵਿੱਚ ਹੈ ਅਤੇ ਮੇਰਾ ਆਪਣਾ ਮੁਰਸ਼ਦ ਜੋ ਕਿ ਸ਼ਾਹ ਇਨਾਇਤ ਜੀ ਹਨ ਸ਼ਾਹ ਇਨਾਇਤ ਕਾਦਰੀ ਜਿਹੜੇ ਹਨ ਉਹ ਲਾਹੌਰ ਦੇ ਵਿੱਚ ਨਿਵਾਸ ਕਰਦੇ ਹਨ। ਸੋ ਉਹ ਅਤੇ ਮੈਂ ਅਤੇ ਮੇਰਾ ਮੁਰਸ਼ਦ ਦੋਨੇ ਇੱਕ ਮਿੱਕ ਹੋ ਗਏ ਹਾਂ ਜਿਸ ਦੇ ਕਰਕੇ ਮੈਨੂੰ ਰਹੱਸਮਈ ਅਨੁਭਵ ਜਿਹੜਾ ਹੈ ਉਸਦੀ ਪ੍ਰਾਪਤੀ ਹੋ ਗਈ ਹੈ। ਅਤੇ ਕਹਿੰਦੇ ਜਿਸ ਬੁਲੰਦੀ ਉੱਪਰ ਉੱਪਰ ਗੁੱਡੀ ਵਾਂਗ ਜਿਹੜਾ ਹੈ ਮੈਂ ਉੱਡ ਰਿਹਾ ਹਾਂ। ਜਦੋਂ ਮੈਨੂੰ ਇਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤਾਂ ਮੈਂ ਉਸ ਪਤੰਗ ਵਾਂਗ ਉਸ ਗੁੱਡੀ ਵਾਂਗ ਜਿਹੜਾ ਕਿ ਕਹਿੰਦੇ ਅਸਮਾਨਾਂ ਦੇ ਵਿੱਚ ਉੱਡ ਰਿਹਾ ਹਾਂ। ਇਹ ਗੁੱਡੀ ਵੀ ਉਹ ਆਪ ਪਰਮਾਤਮਾ ਹੀ ਹੈ ਅਤੇ ਇਸ ਨੂੰ ਉਡਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ। ਸੋ ਗੁੱਡੀ ਅਤੇ ਡੋਰ ਦੋਨੇ ਪਰਮਾਤਮਾ ਦੇ ਹੱਥ ਹਨ। ਉਹ ਆਪ ਹੀ ਇਸ ਨੂੰ ਚਲਾ ਰਿਹਾ ਹੈ, ਆਪ ਹੀ ਇਸ ਨੂੰ ਉਡਾਉਣ ਵਾਲਾ ਹੈ, ਆਪ ਹੀ ਇਸ ਨੂੰ ਉਡਾ ਰਿਹਾ ਹੈ। ਸੋ ਕਹਿੰਦੇ ਮੈਂ ਦੱਸਣਾ ਤੁਸੀਂ ਪਕੜ ਲਿਆ ਉਹ ਭੁੱਲੇ ਸ਼ਾਹ ਦਾ ਚੋਰ ਕੌਰ। ਸੋ ਕਹਿੰਦੇ ਇਹ ਸਾਧੂ ਲੋਕੋ ਇਹ ਸਾਧੂ ਜਦੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਹਸਤੀ ਕਿਹੜੀ ਹੈ ਕਿੱਥੇ ਰਹਿੰਦੀ ਹੈ ਜਿਸਨੇ ਮੇਰੇ ਕੋਲ ਪਰਮਾਤਮਾ ਰੂਪੀ ਚੋਰ ਦੀ ਜਿਹੜੀ ਚੁਗਲੀ ਹੈ ਉਹ ਕੀਤੀ ਸੀ ਅਤੇ ਮੈਂ ਪਰਮਾਤਮਾ ਰੂਪੀ ਚੋਰ ਨੂੰ ਆਪਣੇ ਅੰਦਰੋਂ ਹੀ ਫੜ ਲਿਆ ਹੈ। ਮੈਂ ਤਾਂ ਉਸ ਦੇ ਚੁਗਲੀ ਰੂਪੀ ਗਿਆਨ ਭਾਵ ਜਿਹੜੀ ਉਸਨੇ ਮੈਨੂੰ ਗਿਆਨ ਦਿੱਤਾ ਸੀ ਚੁਗਲੀ ਰੂਪੀ ਗਿਆਨ ਉਪਦੇਸ਼ ਦੇ ਨਾਲ ਉਸ ਪਰਮਾਤਮਾ ਨੂੰ ਆਪਣੇ ਬੁੱਕਲ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਸੋ ਕਹਿੰਦੇ ਹੁਣ ਉਸਨੂੰ ਲੱਭਣ ਦੇ ਲਈ ਖੂਬ ਫਰਿਆਦ ਕਰਨ ਦੀ ਲੋੜ ਨਹੀਂ ਹੈ, ਲੋਕਾਂ ਨੂੰ ਸੁਣਾਉਣਾ ਵਿਅਰਥ ਜਾਂਦਾ ਹੈ। ਸੋ ਮੈਂ ਜਿਹੜਾ ਉਸ ਪਰਮਾਤਮਾ ਨੂੰ ਦੇ ਬਾਰੇ ਤੁਹਾਨੂੰ ਜਿਹੜੀ ਹੈ ਗੱਲ ਦੱਸ ਦਿੰਦਾ ਹਾਂ ਕਿ ਤੁਸੀਂ ਵੀ ਉਸਨੂੰ ਜਾ ਕੇ ਪਕੜ ਲਓ। ਬੁੱਲੇ ਸ਼ਾਹ ਕਹਿੰਦੇ ਹਨ ਕਿ ਮੈਂ ਪਰਮਾਤਮਾ ਰੂਪੀ ਚੋਰ ਨੂੰ ਆਪਣੇ ਅੰਦਰੋਂ ਹੀ ਅਨੁਭਵ ਕਰ ਲਿਆ ਹੈ, ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ। ਸੋ ਹੁਣ ਮੈਂ ਕਿਸ ਨੂੰ ਆਪਣੀ ਪੁਕਾਰ ਦੱਸਾਂ ਕਿ ਜਿਹੜਾ ਪਰਮਾਤਮਾ ਹੈ ਉਹ ਮਨੁੱਖ ਦੇ ਅੰਦਰ ਹੀ ਵਸਦਾ ਹੈ। ਸੋ ਇਸੇ ਕਿ ਜੀ ਸਾਡੀ ਅੱਜ ਦੀ ਰਚਨਾ ਮੇਰੀ ਬੁੱਕਲ ਦੇ ਵਿੱਚ ਚੋਰ ਅੱਜ ਅਸੀਂ ਜਿਹੜੀ ਦੋ ਰਚਨਾ ਕਰਾਂਗੇ ਕਿਉਂਕਿ ਛੋਟੀਆਂ ਛੋਟੀਆਂ ਰਚਨਾਵਾਂ ਹਨ। ਸੋ ਇਸ ਕਰਕੇ ਆਪਾਂ ਦੋ ਰਚਨਾ ਜ਼ਰੂਰ ਕਰਿਆ ਕਰਾਂਗੇ। ਸੋ ਪਹਿਲੀ ਰਚਨਾ ਸੀ ਜੀ ਮੇਰੀ ਬੁੱਕਲ ਦੇ ਵਿੱਚ ਚੋਰ, ਜਿਸਦੇ ਵਿੱਚ ਪਰਮਾਤਮਾ ਦੇ ਬਾਰੇ ਦੱਸਿਆ ਗਿਆ ਸੀ ਕਿ ਪਰਮਾਤਮਾ ਹਰ ਇੱਕ ਮਨੁੱਖ ਦੇ ਅੰਦਰ ਵਸਦਾ ਹੈ ਪਰ ਗੱਲ ਸਿਰਫ ਲੋੜ ਹੈ ਤਾਂ ਉਸਨੂੰ ਅਨੁਭਵ ਕਰਨ ਦੀ, ਉਸਦੇ ਬਾਰੇ ਵਿੱਚ ਜਾਣਨ ਦੀ, ਉਸਦੇ ਵਿੱਚ ਬਾਰੇ ਗਿਆਨ ਪ੍ਰਾਪਤ ਕਰਨ ਦੀ। ਕਹਿੰਦੇ ਇਹ ਗਿਆਨ ਜਿਹੜਾ ਹੈ ਮਨੁੱਖ ਨੂੰ ਗੁਰੂ ਦੀ ਸਿੱਖਿਆ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਸੱਚਾ ਗੁਰੂ ਹੀ ਮਨੁੱਖ ਨੂੰ ਦੇ ਉਪਦੇਸ਼ ਦੇ ਸਕਦਾ ਹੈ, ਉਹ ਹੀ ਉਸਨੂੰ ਪਰਮਾਤਮਾ ਦੇ ਬਾਰੇ ਵਿੱਚ ਗਿਆਨ ਜਿਹੜਾ ਹੈ ਉਹ ਕਰਵਾ ਸਕਦਾ ਹੈ। ਸੋ ਬੁੱਲੇ ਸ਼ਾਹ ਕਹਿੰਦੇ ਹਨ ਕਿ ਮੇਰਾ ਪਰਮਾਤਮਾ ਜਿਹੜਾ ਹੈ ਉਹ ਮੈਨੂੰ ਮੇਰੇ ਅੰਦਰੋਂ ਹੀ ਪ੍ਰਾਪਤ ਹੋ ਗਿਆ ਹੈ ਅਤੇ ਇਸ ਦਾ ਗਿਆਨ ਮੈਨੂੰ ਮੇਰੇ ਮੁਰਸ਼ਦ ਜਿਹੜਾ ਮੇਰਾ ਗੁਰੂ ਹੈ ਉਸਨੇ ਦਿੱਤਾ ਸੀ। ਸੋ ਹੁਣ ਜਿਹੜਾ ਤੁਹਾਡਾ ਕੰਮ ਹੈ ਕਿ ਤੁਸੀਂ ਇਸ ਦਾ ਕੇਂਦਰੀ ਭਾਵ ਸਾਰ ਜਿਹੜਾ ਹੈ ਉਹ ਆਪਣੀ ਕਾਪੀਆਂ ਦੇ ਵਿੱਚ ਨੋਟ ਜ਼ਰੂਰ ਕਰਕੇ ਰੱਖੋਗੇ। ਕੇਂਦਰੀ ਭਾਵ ਪ੍ਰਸੰਗ ਸਤ ਵਿਆਖਿਆ ਅਤੇ ਸਾਰ ਤੁਸੀਂ ਆਪਣੀਆਂ ਦੀਆਂ ਕਾਪੀਆਂ ਦੇ ਵਿੱਚ ਨੋਟ ਜ਼ਰੂਰ ਕਰਕੇ ਰੱਖਿਓ। ਸੋ ਹੁਣ ਆਪਾਂ ਚੱਲਾਂਗੇ ਜੀ ਸਾਡੀ ਅਗਲੀ ਰਚਨਾ ਵੱਲ। ਅਗਲੀ ਰਚਨਾ ਦੇ ਵਿੱਚ ਜਿਹੜਾ ਹੈ ਕੀ ਗੱਲ ਕਰ ਰਹੇ ਹਨ ਬੁੱਲੇ ਸ਼ਾਹ ਜੀ ਅਤੇ ਕਿਹੜੀ ਅਗਲੀ ਰਚਨਾ ਹੈ ਸਾਡੀ। ਅਗਲੀ ਰਚਨਾ ਜਿਹੜੀ ਹੈ ਜੀ ਉਹ ਹੈ ਤੋਬਾ ਨਾਮ ਕਰ ਯਾਰ। ਸੋ ਅਗਲੀ ਰਚਨਾ ਅਗਲੀ ਜਿਹੜੀ ਕਾਪੀ ਹੈ ਉਹਦਾ ਨਾਮ ਹੈ ਜੀ ਤੋਬਾ ਹੈ, ਕਈ ਤਰ੍ਹਾਂ ਦੀਆਂ ਗਲਤੀਆਂ ਕਰਦਾ ਹੈ, ਫਿਰ ਉਹਨਾਂ ਗਲਤੀਆਂ ਦੀ ਮਾਫ਼ੀ ਮੰਗਦਾ ਹੈ। ਗਲਤੀ ਕਰਨ ਤੋਂ ਬਾਅਦ ਉਸਦੀ ਮਾਫ਼ੀ ਮੰਗੀ ਜਾਂਦੀ ਹੈ ਤਾਂ ਜਿਹੜਾ ਦੂਸਰਾ ਇਨਸਾਨ ਹੈ ਉਹ ਵੀ ਮਨੁੱਖ ਨੂੰ ਮਾਫ਼ ਕਰ ਦਿੰਦਾ ਹੈ। ਜਦੋਂ ਅਸੀਂ ਕੋਈ ਗਲਤੀ ਕਰਦੇ ਹਾਂ ਤਾਂ ਉਸ ਗਲਤੀ ਦੇ ਲਈ ਅਸੀਂ ਜਿਹੜਾ ਹੈ ਮਾਫ਼ੀ ਮੰਗਦੇ ਹਾਂ ਤਾਂ ਹੋ ਸਕਦਾ ਹੈ ਕਿ ਜਿਹੜਾ ਸਾਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਹੈ। ਪਰ ਇੱਕ ਗਲਤੀ ਕਰਕੇ ਉਸਦੀ ਮਾਫ਼ੀ ਮੰਗ ਲਈ ਅਤੇ ਦੁਬਾਰਾ ਫਿਰ ਤੋਂ ਜਦੋਂ ਕੋਈ ਉਹੀ ਗਲਤੀ ਦੁਬਾਰਾ ਤੋਂ ਦੁਹਰਾਉਂਦਾ ਹੈ ਤਾਂ ਫਿਰ ਉਸਦੇ ਲਈ ਮਾਫ਼ੀ ਦੀ ਕੋਈ ਗੁੰਜਾਇਸ਼ ਬਾਕੀ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਸੋ ਇਸੇ ਤਰ੍ਹਾਂ ਦੀ ਜਿਹੜੀ ਤੋਬਾ ਦੀ ਗੱਲ ਕੀਤੀ ਹੈ ਬੁੱਲੇ
ਬੇਸ਼ਾ ਜੀ ਨੇ ਕਿ ਇਹ ਮਨੁੱਖ ਤੂੰ ਆਪਣੇ ਤੂੰ ਕਈ ਤਰ੍ਹਾਂ ਦੇ ਗੁਨਾਹ ਕਰਦਾ ਹੈ, ਫਿਰ ਤੂੰ ਉਹਨਾਂ ਦੀ ਤੌਬਾ ਕਰਦਾ, ਉਹਨਾਂ ਤੋਂ ਤੌਬਾ ਕਰਦਾ ਹੈ, ਉਹਨਾਂ ਦੇ ਲਈ ਮਾਫ਼ੀ ਮੰਗਦਾ ਹੈ ਅਤੇ ਫਿਰ ਦੁਬਾਰਾ ਤੋਂ ਉਹੀ ਗੁਨਾਹ ਕਰਦਾ ਹੈ। ਇਹ ਤੇਰੀ ਕਿਸ ਤਰ੍ਹਾਂ ਦੀ ਤੌਬਾ ਹੈ, ਇਹ ਤੇਰੀ ਕਿਸ ਤਰ੍ਹਾਂ ਦੀ ਮਾਫ਼ੀ ਹੈ ਕਿ ਤੂੰ ਦੁਬਾਰਾ ਤੋਂ ਦੁਬਾਰਾ ਉਹੀ ਗੁਨਾਹ ਕਰਕੇ ਮਾਫ਼ੀਆਂ ਮੰਗੀ ਜਾ ਰਿਹਾ ਹੈ। ਸੋ ਫਿਰ ਇਹ ਕਿਸ ਤਰ੍ਹਾਂ ਦੀ ਤੌਬਾ ਹੈ, ਕਿਸ ਤਰ੍ਹਾਂ ਦੀ ਮਾਫ਼ੀ ਜਿਹੜਾ ਹੈ ਮਤਲਬ ਮਾਫ਼ੀ ਹੈ ਜੋ ਤੂੰ ਮੰਗ ਰਿਹਾ ਹੈ। ਸਗੋਂ ਤੈਨੂੰ ਇਸ ਤੌਬਾ ਤੋਂ ਹੀ ਤੌਬਾ ਕਰਨੀ ਚਾਹੀਦੀ ਹੈ, ਤੈਨੂੰ ਇਸ ਮਾਫ਼ੀ ਤੋਂ ਹੀ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਮੈਂ ਜਿਹੜੀ ਦੁਬਾਰਾ ਗਲਤੀ ਕਰਕੇ ਮਾਫ਼ੀ ਮੰਗਦਾ ਹਾਂ ਉਸ ਤੋਂ ਹੀ ਮੈਂ ਤੌਬਾ ਕਰ ਲਵਾਂ, ਮੈਂ ਅਜਿਹੀ ਗਲਤੀ ਦੁਬਾਰਾ ਨਾ ਕਰਾਂ। ਸੋ ਚੱਲਦੇ ਜੀ ਸਾਡੀ ਅਗਲੀ ਰਚਨਾ ਵੱਲ। ਕਹਿੰਦੇ ਤੌਬਾ ਨਾ ਕਰੀ ਯਾਰ ਕੈਸੀ ਤੌਬਾ ਹੈ, ਨਿੱਤ ਪੜ੍ਹਦੇ ਇਸਤਿਗਫਾਰ ਕੈਸੀ ਤੌਬਾ ਹੈ, ਨਿੱਤ ਪੜ੍ਹਦੇ ਇਸਤਿਗਫਾਰ ਕੈਸੀ ਤੌਬਾ ਹੈ, ਸਾਵੀ ਦੇ ਕੇ ਲਏ ਸਵਾਏ ਟੁੱਟਿਆਂ ਟਿਉਂਟਿਆਂ ਦੀ ਦੁਬਾਜੀ ਲਾਏ, ਮੁਸਲਮਾਨੀ ਇਹ ਕਿੱਥੋਂ ਪਾਈ ਮੁਸਲਮਾਨੀ ਇਹ ਕਿੱਥੋਂ ਪਾਈ, ਇਹ ਤੇਰਾ ਕਿਰਦਾਰ ਕੈਸੀ ਤੌਬਾ ਹੈ, ਜਿੱਥੇ ਨਾ ਜਾਣਾ ਉੱਥੇ ਜਾਏ, ਹੱਥ ਬਗਾਨਾ ਮੁੱਕਰ ਖਾਏ, ਕੂੜ ਕਿਤਾਬਾਂ ਸਿਰ ਤੇ ਚਾਏ, ਇਹ ਤੇਰਾ ਇਤਬਾਰ ਕੈਸੀ ਤੌਬਾ ਹੈ। ਸੋ ਫਿਰ ਇਸਦੇ ਵਿੱਚ ਜਿਹੜੀ ਹੈ ਗੱਲ ਕੀਤੀ ਹੈ ਮਾਫ਼ੀ ਦੀ ਕਿ ਮਨੁੱਖ ਜਿਹੜਾ ਹੈ, ਪਹਿਲਾਂ ਆਪਾਂ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ, ਪ੍ਰਸੰਗ ਕਰਦੇ ਹਾਂ ਜੀ। ਇਹ ਕਾਵਿ ਕੋਟਾ ਸਾਡੀ ਮੱਧਕਾਲ ਦੀ ਚੋਣਵੇਂ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਵਿੱਚ ਦਰਜ ਬੁੱਲੇ ਸ਼ਾਹ ਜੀ ਦੀ ਲਿਖੀ ਹੋਈ ਕਾਵਿ ਤੌਬਾ ਨਾ ਕਰ ਯਾਰ ਜਿਹੜੀ ਹੈ ਉਸਦੇ ਵਿੱਚੋਂ ਲਿਆ ਗਿਆ ਹੈ। ਸੋ ਇਸ ਦੇ ਵਿੱਚ ਬੁੱਲੇ ਸ਼ਾਹ ਜੀ ਨੇ ਇਸਲਾਮੀ ਸਰਾਂ ਅਨੁਸਾਰ ਕੀਤੇ ਗਏ ਤੌਬਾ ਦੇ ਅਖੰਡ ਦੇ ਉੱਤੇ ਜੋਰ ਜਿਹੜੀ ਹੈ ਉਹ ਕੀਤੀ ਹੈ ਕਿ ਰੱਬ ਦੀ ਪ੍ਰਾਪਤੀ ਜਿਹੜੀ ਲਈ ਮੁਰਸ਼ਦ ਦੀ ਮਹਾਨਤਾ ਨੂੰ ਉਜਾਗਰ ਕੀਤਾ ਹੈ, ਅਤੇ ਇਸ ਵੀ ਦੱਸਿਆ ਹੈ ਕਿ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫ਼ੀ ਮੰਗਣ ਤੋਂ ਬਾਅਦ ਦੁਬਾਰਾ ਉਹੀ ਗੁਨਾਹ ਕਰਕੇ ਮਾਫ਼ੀ ਮੰਗਣਾ ਠੀਕ ਨਹੀਂ ਹੈ। ਸੋ ਬੁੱਲੇ ਸ਼ਾਹ ਜਿਹੜੇ ਹਨ ਉਹ ਕਹਿ ਰਹੇ ਹਨ, ਕਹਿੰਦੇ ਤੌਬਾ ਨਾ ਕਰ ਯਾਰ ਕੈਸੀ ਤੌਬਾ ਹੈ। ਬੁੱਲੇ ਸ਼ਾਹ ਕਹਿੰਦੇ ਹਨ ਕਿ ਇਸਲਾਮੀ ਸਰਾਂ ਦੇ ਅਨੁਸਾਰ ਇਸਲਾਮੀ ਸਰਾਂ ਦੇ ਵਿੱਚ ਪਾਬੰਦ ਜਿਹੜਾ ਹੈ ਰਹਿਣ ਵਾਲੇ ਕਹਿੰਦਾ ਮੁਸਲਮਾਨ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਪਿਛਲੇ ਗੁਨਾਹਾਂ ਤੋਂ ਤੌਬਾ ਕਰਨ ਦਾ ਪਖੰਡ ਨਾ ਕਰ, ਤੂੰ ਆਪਣੇ ਕੀਤੇ ਹੋਏ ਪਿਛਲੇ ਗੁਨਾਹਾਂ ਤੋਂ ਤੌਬਾ ਕਰਨ ਦਾ ਪਖੰਡ ਨਾ ਕਰ, ਤੇਰੀ ਇਹ ਤੌਬਾ ਕਿਸੇ ਕੰਮ ਦੀ ਨਹੀਂ ਹੈ, ਤੂੰ ਹਰ ਰੋਜ਼ ਤੌਬਾ ਕਰਦਾ ਹੈ, ਤੇਰੀ ਇਹ ਤੌਬਾ ਕਿਹੋ ਜਿਹੀ ਹੈ, ਤੂੰ ਦੂਜਿਆਂ ਨੂੰ ਸਾਵੀ ਦੇ ਕੇ ਦੂਜਿਆਂ ਨੂੰ ਪੈਸਾ ਦੇ ਕੇ ਉਹਨਾਂ ਦੇ ਪਾਸੋਂ ਜਿਹੜੀ ਹੈ ਸਵਾਈ ਲੈਂਦਾ ਹੈ, ਡਿਊਟੀ ਚੀਜ਼ ਪ੍ਰਾਪਤ ਕਰਨ ਦੀ ਆਸ ਲਾਉਂਦਾ ਹੈ, ਤੂੰ 1 ਰੁਪਿਆ ਦੇ ਕੇ ਉਸਦਾ ਡੇਢ ਵਾਪਸ ਕਰਨਾ ਕਰਵਾਉਣਾ ਚਾਹੁੰਦਾ ਹੈ। ਸੋ ਇਹ ਮੁਸਲਮਾਨੀ ਧਰਮ ਤੋਂ ਕਿੱਥੋਂ ਪ੍ਰਾਪਤ ਕੀਤਾ ਹੈ, ਅਜਿਹੀ ਮੁਸਲਮਾਨੀ ਤੋਂ ਕਿੱਥੋਂ ਸਿੱਖੀ ਹੈ, ਕੀ ਇਹੋ ਤੇਰਾ ਅਸਲ ਜਿਹੜਾ ਹੈ, ਤੇਰਾ ਅਸਲ ਹੈ ਕਿ ਤੂੰ ਜਿੱਥੋਂ ਤੈਨੂੰ ਧਾਰਮਿਕ ਸਰਾਂ ਜਿਹੜੀ ਹੈ ਉਹ ਜਾਣ ਤੋਂ ਰੋਕਦੀ ਹੈ, ਤੂੰ ਉੱਥੇ ਹੀ ਜਾਂਦਾ ਹੈ, ਪਰਾਇਆ ਦਾ ਹੱਕ ਜਿਹੜਾ ਹੈ ਉਸ ਨੂੰ ਤੂੰ ਜਿਹੜਾ ਹੈ ਖਾ ਕੇ ਮੁੱਕਰ ਜਾਂਦਾ ਹੈ, ਦੂਸਰਿਆਂ ਦੇ ਅੱਗੇ ਸੱਚਾ ਹੋਣ ਦੇ ਲਈ ਤੂੰ ਝੂਠੀਆਂ ਕਿਤਾਬਾਂ ਜਿਹੜੀਆਂ ਹਨ, ਜਿਸ ਤਰ੍ਹਾਂ ਕਿ ਤੁਹਾਨੂੰ ਸਲਵਾਰ ਧਰਮ ਦੇ ਅਨੁਸਾਰ ਕੁਰਾਨ ਸ਼ਰੀਫ ਜਿਹੜਾ ਹੈ ਉਸ ਨੂੰ ਸਿਰ 'ਤੇ ਚੱਕ ਕੇ ਝੂਠੀਆਂ ਕਸਮਾਂ ਖਾਂਦਾ ਹੈ, ਤੂੰ ਧਾਰਮਿਕ ਧਰਮ ਦੀਆਂ ਜੋ ਪਵਿੱਤਰ ਕਿਤਾਬਾਂ ਹਨ ਉਹਨਾਂ ਦੇ ਸਾਹਮਣੇ ਵੀ ਤੂੰ ਝੂਠਾ ਬਣ ਜਾਂਦਾ ਹੈ, ਤੂੰ ਝੂਠੀਆਂ ਕਸਮਾਂ ਖਾਂਦਾ ਹੈ। ਅਤੇ ਸੋ ਕਹਿੰਦੇ ਇਹ ਤੇਰਾ ਕਿਹੋ ਜਿਹਾ ਇਤਬਾਰ ਹੈ, ਤੇਰੇ 'ਤੇ ਕੌਣ ਇਤਬਾਰ ਕਰ ਸਕਦਾ ਹੈ, ਫਿਰ ਇਹ ਤੇਰਾ ਕਿਸ ਤਰ੍ਹਾਂ ਦਾ ਇਤਬਾਰ ਹੈ, ਇਹ ਤੇਰੇ ਕਿਸ ਤਰ੍ਹਾਂ ਦੇ ਤਰੀਕਾ ਕੰਮ ਹਨ, ਅਤੇ ਤੇਰੇ ਜਿਹੜੇ ਹਨ ਕਿਸ ਤਰ੍ਹਾਂ ਦਾ ਜਿਹੜਾ ਤੇਰਾ ਕਿਰਦਾਰ ਹੈ ਕਿ ਤੂੰ ਜਿਹੜੇ ਗੁਨਾਹ ਕਰਦਾ ਹੈ ਅਤੇ ਗੁਨਾਹ ਕਰਕੇ ਫਿਰ ਤੂੰ ਉਹਨਾਂ ਗੁਨਾਹਾਂ ਤੋਂ ਤੌਬਾ ਕਰਦਾ ਹੈ ਅਤੇ ਇਹ ਤੌਬਾ ਕਰਨ ਦਾ ਜਿਹੜਾ ਪਖੰਡ ਹੈ ਤੂੰ ਉਹ ਕਰ ਰਿਹਾ ਹੈ। ਸੋ ਇਹ ਤੇਰੀ ਤੌਬਾ ਜਿਹੜੀ ਹੈ ਉਹ ਬਹੁਤ ਗਲਤ ਹੈ, ਤੈਨੂੰ ਜਿਹੜੀ ਅਜਿਹੀ ਤੌਬਾ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਸੋ ਤੈਨੂੰ ਅਜਿਹੀ ਤੌਬਾ ਤੋਂ ਹੀ ਤੌਬਾ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਮੂੰਹੋਂ ਤੌਬਾ ਦਿਲੋਂ ਨਾ ਕਰਦਾ, ਮੂੰਹੋਂ ਤੌਬਾ ਦਿਲੋਂ ਨਾ ਕਰਦਾ, ਨਾ ਹੀ ਖੌਫ ਖੁਦਾ ਦਾ ਕਰਦਾ, ਇਹ ਤੌਬਾ ਕੀ ਤੌਬਾ ਕਰੀਏ ਤਾਂ ਬਖਸ਼ੇ ਗਫਾਰ ਕੈਸੀ ਤੌਬਾ ਹੈ। ਬੁੱਲੇ ਸ਼ਾਹ ਦੀ ਸੁਣੋ ਹਕਾਇਤ, ਹਾਥੀ ਪਕੜਿਆ ਹੋਗ ਹਦਾਇਤ, ਮੇਰਾ ਮੁਰਸ਼ਦ ਸ਼ਾਹ ਇਨਾਇਤ, ਉਹ ਲਗਾਵੇ ਪਾਰ ਕੈਸੀ ਤੌਬਾ ਹੈ। ਸੋ ਤੌਬਾ ਨਾ ਕਰ ਯਾਰ। ਸੋ ਅੱਗੇ ਜਿਹੜਾ ਹੈ ਬੁੱਲੇ ਸ਼ਾਹ ਜੀ ਕਹਿੰਦੇ ਹਨ, ਬੁੱਲੇ ਸ਼ਾਹ ਕਹਿੰਦੇ ਹਨ ਕਿ ਤੂੰ ਜਿਹੜਾ ਹੈ ਇਸਲਾਮੀ ਸਰਾਂ ਦਾ ਵੱਧ ਪਕਾਉਣ ਵਾਲਾ ਮੁਸਲਮਾਨ ਹੈ। ਸੋ ਤੂੰ ਜਿਹੜਾ ਹੈ ਸਰਾਂ ਦੀ ਪਾਬੰਦਾਂ ਵਿੱਚ ਰਹਿਣ ਵਾਲਾ ਹੈ, ਤੂੰ ਉਸਦੇ ਨਿਯਮ
ਸਰਾਂ ਜਿਹੜੀ ਹੈ ਉਹ ਜਿੱਥੇ ਜਾਣ ਤੋਂ ਰੋਕਦੀ ਹੈ ਤਾਂ ਉਹ ਉੱਥੇ ਜਾਣਾ ਹੈ। ਕਿਨੂੰ ਹੱਕ ਪਰਾਇਆ ਜਿਹੜਾ ਖਾਣ ਤੋਂ ਮਨਾ ਕੀਤਾ ਜਾਂਦਾ ਹੈ, ਮਨ ਨੂੰ ਪਰਾਇਆ ਹੱਕ ਹੀ ਖਾਂਦਾ ਹੈ। ਸੋ ਫਿਰ ਕਹਿੰਦੇ ਤੇਰੇ ਅਜਿਹੀ ਕਿਸ ਤਰ੍ਹਾਂ ਦੇ ਜਿਹੜੇ ਹਨ ਤੋਬਾ ਹੈ। ਕਹਿੰਦੇ ਬੁੱਲੇ ਸ਼ਾਹ ਕਹਿੰਦਾ ਹੈ ਤੂੰ ਮੂੰਹੋਂ ਤਾਂ ਤੋਬਾ ਕਰਦਾ ਹੈ, ਤੂੰ ਹਰ ਸਮੇਂ ਮੂੰਹੋਂ ਤੋਬਾ ਕਰਦਾ ਹੈ, ਮਾਫੀਆਂ ਮੰਗਦਾ ਹੈ ਅਤੇ ਕਹਿੰਦੇ ਪਰ ਤੂੰ ਦਿਲੋਂ ਤੋਬਾ ਨਹੀਂ ਕਰਦਾ। ਤੇਰੀ ਮੂੰਹ ਦੀ ਤੋਬਾ ਤਾਂ ਤੂੰ ਮੂੰਹੋਂ ਤਾਂ ਗਲਤੀ ਮੰਨ ਲੈਂਦਾ ਹੈ ਪਰ ਦਿਲੋਂ ਅਸਲ ਵਿੱਚ ਤੂੰ ਗਲਤੀ ਨੂੰ ਮੰਨਦਾ ਨਹੀਂ ਹੈ, ਦਿਲੋਂ ਤੋਬਾ ਨਹੀਂ ਕਰਦਾ ਹੈ। ਫਿਰ ਕਹਿੰਦੇ ਤੈਨੂੰ ਖੁਦਾ ਦਾ ਕੋਈ ਖੌਫ ਵੀ ਨਹੀਂ ਹੈ, ਨਾ ਹੀ ਖੌਫ ਖੁਦਾ ਦਾ ਕਰਦਾ, ਨਾ ਹੀ ਤੂੰ ਉਸ ਪਰਮਾਤਮਾ ਤੋਂ ਉਸ ਖੁਦਾ ਤੋਂ ਡਰਦਾ ਹੈ। ਇਹ ਇਸ ਤੋਬਾ ਦੀ ਤੋਬਾ ਕਰ। ਫਿਰ ਤੈਨੂੰ ਕਹਿੰਦੇ ਅਜਿਹੀਆਂ ਗਲਤੀਆਂ ਤੋਂ ਹੀ ਤੋਬਾ ਕਰ ਲੈਣੀ ਚਾਹੀਦੀ ਹੈ। ਤੂੰ ਗਲਤੀ ਕਰਦਾ ਹੈ, ਮਾਫ਼ੀ ਮੰਗ ਲੈਂਦਾ ਹੈ ਅਤੇ ਫਿਰ ਉਹਦੀ ਗਲਤੀ ਨੂੰ ਦੁਹਰਾਉਂਦਾ ਹੈ। ਸੋ ਕਹਿੰਦੇ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਇਸੇ ਕੰਮ ਤੋਂ ਹੀ ਤੈਨੂੰ ਤੋਬਾ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਜੇਕਰ ਤੂੰ ਅਜਿਹੇ ਕੰਮਾਂ ਤੋਂ ਤੋਬਾ ਕਰ ਲਵੇਂਗਾ ਤਾਂ ਤੂੰ ਬਖਸ਼ਿਆ ਜਾ ਸਕਦਾ ਹੈ, ਤਾਂ ਹੀ ਪਰਮਾਤਮਾ ਤੈਨੂੰ ਬਖਸ਼ ਸਕਦਾ ਹੈ। ਸੋ ਇਹ ਤੇਰੀ ਕਿਸ ਤਰ੍ਹਾਂ ਦੀ ਤੋਬਾ ਹੈ ਜਿਸ ਬਾਰੇ ਤੂੰ ਗਲਤੀ ਕਰਨ ਤੋਂ ਬਾਅਦ ਉਹਦੀ ਗਲਤੀ ਕਰਕੇ ਮਾਫ਼ੀ ਮੰਗੇ, ਫਿਰ ਕਹਿੰਦੇ ਇਹ ਤੇਰੀ ਕੈਸੀ ਤੋਬਾ ਹੋ ਸਕਦੀ ਹੈ। ਬੁੱਲੇ ਸ਼ਾਹ ਕਹਿੰਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ। ਸੋ ਕਹਿੰਦੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਹਿੰਦੇ ਮੈਂ ਆਪਣੀ ਜਿਹੜੀ ਹੈ ਮੈਂ ਬੁੱਲੇ ਸ਼ਾਹ ਕਹਿੰਦੇ ਹਨ ਕਿ ਮੈਂ ਆਪਣੇ ਗੁਰੂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੈ ਧਾਰਮਿਕ ਦਿਖਾਵੇ ਦੇ ਪਖੰਡ ਜਿਹੜੇ ਹਨ ਉਹਨਾਂ ਨੂੰ ਖਤਮ ਕਰਨ ਦੇ ਲਈ ਸੱਚੇ ਮੁਰਸ਼ਦ ਦੀ ਲੋੜ ਪੈਂਦੀ ਹੈ। ਸੱਚੇ ਮੁਰਸ਼ਦ ਦੀ ਲੋੜ ਜਿਹੜੀ ਸਿੱਖਿਆ ਦੇ ਅਨੁਸਾਰ ਹੀ ਮਨੁੱਖ ਫਿਰ ਕਹਿੰਦੇ ਆਪਣੇ ਗੁਨਾਹਾਂ ਦੀ ਤੋਬਾ ਅਸਲ ਦੇ ਵਿੱਚ ਕਰ ਸਕਦਾ ਹੈ। ਬੁੱਲੇ ਸ਼ਾਹ ਕਹਿੰਦੇ ਹਨ ਕਿ ਮੈਂ ਆਪਣੇ ਗੁਰੂ ਦੇ ਬਾਰੇ ਤੁਹਾਨੂੰ ਹਦਾਇਤ ਦੇਣੀ ਚਾਹੁੰਦਾ ਹਾਂ, ਦੱਸਣਾ ਚਾਹੁੰਦਾ ਹਾਂ ਕਿ ਕਹਿੰਦੇ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਮੁਰਸ਼ਦ ਖਾਲੀ ਪਕੜਿਆ ਹੋਰ ਹਦਾਇਤ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਹੀ ਮਨੁੱਖ ਜਿਹੜਾ ਹੈ ਉਹ ਸੱਚੇ ਰਾਹ 'ਤੇ ਪਾ ਪੈ ਸਕਦਾ ਹੈ। ਮੇਰਾ ਮੁਰਸ਼ਦ ਸ਼ਾਹ ਇਨਾਇਤ ਹੈ, ਮੇਰਾ ਜਿਹੜਾ ਗੁਰੂ ਹੈ ਉਹ ਸ਼ਾਹ ਇਨਾਇਤ ਹੈ ਅਤੇ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਸਾਰਿਆਂ ਦੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਅਤੇ ਇਸ ਸੰਸਾਰ ਤੋਂ ਸਾਰਿਆਂ ਨੂੰ ਪਾਰ ਲਗਾਉਣ ਵਾਲਾ ਵੀ ਹੈ। ਸੋ ਅਤੇ ਜਿਹੜਾ ਮਨੁੱਖ ਹੈ ਉਸਨੂੰ ਕਹਿੰਦੇ ਹਨ ਕਿ ਮੇਰਾ ਜਿਹੜਾ ਗੁਰੂ ਹੈ ਉਹ ਫਿਰ ਕਹਿੰਦੇ ਜਿਹੜੀ ਹੈ ਅਜਿਹੀ ਤੋਬਾ ਤੋਂ ਤੋਬਾ ਕਰਵਾ ਸਕਦਾ ਹੈ, ਅਜਿਹੇ ਗੁਨਾਹਾਂ ਨੂੰ ਬਖਸ਼ਵਾ ਸਕਦਾ ਹੈ। ਸੋ ਮੈਂ ਉਸਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਗੁਰੂ ਹੈ ਉਹ ਸ਼ਾਹ ਇਨਾਇਤ ਹੈ ਅਤੇ ਉਹ ਅਜਿਹੇ ਪਾਪਾਂ ਨੂੰ ਬਖਸ਼ਣ ਵਾਲਾ ਵੀ ਹੈ। ਸੋ ਮਨੁੱਖ ਨੂੰ ਕਹਿੰਦੇ ਹਨ ਕਿ ਇਹ ਮਨੁੱਖ ਤੈਨੂੰ ਆਪਣੇ ਕੀਤੇ ਹੋਏ ਗਲਤ ਕੰਮਾਂ ਦੀ ਤੋਬਾ ਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਗਲਤ ਕੰਮਾਂ ਨੂੰ ਦੁਬਾਰਾ ਤੋਂ ਨਾ ਨਹੀਂ ਕਰਨਾ ਚਾਹੀਦਾ, ਦੁਬਾਰਾ ਤੋਂ ਦੁਹਰਾਉਣਾ ਨਹੀਂ ਚਾਹੀਦਾ। ਸੋ ਮਨੁੱਖ ਨੂੰ ਜਿਹੜੀ ਹੈ ਆਪਣੀਆਂ ਗਲਤੀਆਂ ਦੀ ਤੋਬਾ ਤੋਂ ਤੋਬਾ ਕਰਨ ਦਾ ਜਿਹੜਾ ਹੈ ਉਸਦੀ ਸਿੱਖਿਆ ਹੈ ਉਹ ਇਸ ਜਿਹੜੀ ਹੈ ਕਾਫੀ ਦੇ ਵਿੱਚ ਦਿੱਤੀ ਹੈ ਬੁੱਲੇ ਸ਼ਾਹ ਜੀ ਨੇ। ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ। ਸੋ ਇਹ ਸੀਗੀ ਜੀ ਸਾਡੀ ਅੱਜ ਰਚਿਆ ਰਚਨਾ ਤੋਬਾ ਨਾ ਕਰ ਯਾਰ। ਅਸੀਂ ਅੱਜ ਦੋ ਰਚਨਾਵਾਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲੀ ਰਚਨਾ ਕੀਤੀ ਸੀ ਜੀ ਮੇਰੀ ਬੁੱਕਲ ਦੇ ਵਿੱਚ ਚੋਰ, ਮੇਰੀ ਬੁੱਕਲ ਦੇ ਵਿੱਚ ਚੋਰ ਜਿਹਦੇ ਵਿੱਚ ਜਿਸ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਬਾਰੇ ਦੱਸਿਆ ਸੀ ਕਿ ਪਰਮਾਤਮਾ ਜਿਹੜਾ ਉਹ ਲੋਕ ਦੇ ਅੰਦਰ ਵੱਸਦਾ ਹੈ, ਹਰ ਕੋਈ ਉਸਨੂੰ ਆਪਣੇ ਅੰਦਰ ਹੀ ਪ੍ਰਾਪਤ ਕਰ ਸਕਦਾ ਹੈ ਅਤੇ ਪਰਮਾਤਮਾ ਦੇ ਆਪਣੇ ਅੰਦਰ ਵੱਸਣ ਦੀ ਜਿਹੜੀ ਸਿੱਖਿਆ ਹੈ ਉਹ ਸਾਨੂੰ ਜਿਹੜਾ ਹੈ ਸੱਚੇ ਗੁਰੂ ਦੀ ਸ਼੍ਰੀ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਅੱਗੇ ਫਿਰ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਆਪਣੇ ਗੁਨਾਹਾਂ ਤੋਂ ਤੋਬਾ ਕਰਨੀ ਚਾਹੀਦੀ ਹੈ, ਇੱਕ ਵਾਰ ਕੀਤੀ ਹੋਈ ਤੋਬਾ ਜਿਹੜੀ ਹੈ ਉਸਨੂੰ ਆਪਣੇ ਦਿਲੋਂ ਤੋਬਾ ਕਰ ਲੈਣੀ ਚਾਹੀਦੀ ਹੈ ਅਤੇ ਦੁਬਾਰਾ ਉਹ ਗੁਨਾਹ ਜਿਹੜੇ ਹਨ ਨਹੀਂ ਕਰਨੇ ਚਾਹੀਦੇ। ਸੋ ਇਹ ਸਾਨੂੰ ਵੀ ਇਹ ਤੋਬਾ ਜਿਹੜੀ ਹੈ ਉਹ ਇਸ ਤੋਬਾ ਤੋਂ ਜਿਹੜੀ ਤੋਬਾ ਜਿਹੜੀ ਹੈ ਉਹ ਵੀ ਮੁਰਸ਼ਦ ਦੀ ਸਿੱਖਿਆ ਦੇ ਦੁਆਰਾ ਹੀ ਕੀਤੀ ਜਾ ਸਕਦੀ ਹੈ। ਸੋ ਇਹ ਸੀਗੀਆਂ ਜੀ ਸਾਡੀਆਂ ਲਿਖਤੀਆਂ ਦੋ ਰਚਨਾਵਾਂ ਮੇਰੀ ਬੁੱਕਲ ਦੇ ਵਿੱਚ ਚੋਰ ਅਤੇ ਤੋਬਾ ਨਾ ਕਰ ਯਾਰ ਤੋਬਾ ਇਹ ਕੈਸੀ ਤੋਬਾ ਹੈ। ਸੋ ਆਸ ਕਰਦੀ ਹਾਂ ਕਿ ਦੋਨੇ ਹੀ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਸੋ ਹੁਣ ਜਿਹੜਾ ਤੁਹਾਡਾ ਕੰਮ ਇਹੀ ਹੈ ਕਿ ਤੁਸੀਂ ਦੋਨਾਂ ਦਾ ਹੀ ਕੇਂਦਰੀ ਭਾਵ ਸਾਰ ਅਤੇ ਪ੍ਰਸੰਗ ਸਕਦੇ ਰੱਖਿਆ ਆਪਣੀ ਕਾਪੀਆਂ ਦਾ ਅਤੇ ਨੋਟ ਜ਼ਰੂਰ ਕਰਕੇ ਰੱਖੋਗੇ ਤਾਂ ਜੋ ਇਗਜ਼ਾਮ ਸਮੇਂ ਤੁਹਾਡੀ ਜਿਹੜੀ ਹੈ ਹੋ ਸਕੇ। ਸੋ ਅੱਜ ਦੀ ਜਿਹੜੀ ਕਲਾਸ ਆ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਮਿਲਦੇ ਹਾਂ ਸਾਡੀ ਅਗਲੀ ਕਲਾਸ ਦੇ ਵਿੱਚ ਅਗਲੀ ਜਿਹੜੀ ਕਾਪੀ ਦੇ ਨਾਲ, ਬੁੱਲੇ ਸ਼ਾਹ ਜੀ ਦੀ ਅਗਲੀ ਰਚਨਾ ਅਗਲੀ ਕਾਪੀ ਦੇ ਨਾਲ। ਸੋ ਅੱਜ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ। ਧੰਨਵਾਦ ਜੀ।